ਉਹ ਚੀਜ਼ ਨਾਲ ਵੀ ਰਾਂਝਾ ਰਾਜੀ ਹੁੰਦਾ ਨਾ ਕਰ ਲਿਓ ਤੁਸੀਂ ਕਿਉਂ ਝੂਠੀਆਂ ਗੱਲਾਂ ਕਿਉਂ ਐਂ ਕਰੀ ਜਾਂਦੇ ਹੋ ਨਾ ਕਰੋ ਯਾਰ ਹੱਥ ਬੰਨ ਕੇ ਸਾਰੇ ਨਿਊਜ਼ ਚੈਨਲਾਂ ਨੂੰ ਹੱਥ ਬੰਨ ਕੇ ਰਿਕਵੈਸਟ ਆ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਮਨਕੀਰਤ ਔਲਖ ਬਾਰੇ ਨਵੀਆਂ ਨਿਊਜ਼ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਉਹਨਾਂ ਦਾ ਨਾਮ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਜੋੜਿਆ ਜਾ ਰਿਹਾ ਹੈ ਉੱਥੇ ਹੀ ਹੁਣ ਮਨਕੀਰਤ ਔਲਖ ਵੱਲੋਂ ਕਲੈਰੀਫਿਕੇਸ਼ਨ ਦੇ ਦਿੱਤੀ ਗਈ ਹੈ ਆਖਿਰ ਮਨਕੀਰਤ ਔਲਖ ਗਲਤ ਬੋਲਣ ਵਾਲਿਆਂ ਉੱਤੇ ਕਾਫੀ ਜ਼ਿਆਦਾ ਭੜਕ ਚੁੱਕੇ ਨੇ ਤੇ ਉਹਨਾਂ ਨੇ ਲਾਈਵ ਆ ਕੇ ਸਾਰਿਆਂ ਦੇ ਮੂੰਹ ਬੰਦ ਕਰਾ ਦਿੱਤੇ ਨੇ ਪਹਿਲਾਂ ਤਾਂ ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲੇ ਦੀ ਮੌਤ ਦੁੱਖ ਪ੍ਰਗਟਾਇਆ ਤੇ ਉਸ ਤੋਂ ਬਾਅਦ ਆਪਣੀ ਕਲੈਰੀਫਿਕੇਸ਼ਨ ਦਿੱਤੀ ਮਨਕੀਰਤ ਔਲਖ ਨੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਸ ਉੱਪਰ ਇਸ ਤਰ੍ਹਾਂ ਦੀਆਂ ਨਿਊਜ਼ ਨਾ ਬਣਾਈਆਂ ਜਾਣ ਕਿਉਂਕਿ ਹੁਣ ਉਹ ਬਹੁਤ ਹੀ ਜ਼ਿਆਦਾ ਫੈਡ ਅਪ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਮੇਰੇ ਬਾਰੇ ਗਲਤ ਗੱਲਾਂ ਛਾਪਣੀਆਂ ਬੰਦ ਕਰ ਦਿੱਤੀਆਂ ਜਾਣ ਐਂਡ ਨਾਲ ਹੀ ਉਸਨੇ ਕਿਹਾ ਕਿ ਮੈਂ ਜੋ ਵੀ ਅੱਜ ਹਾਂ ਆਪਣੀ ਮਿਹਨਤ ਦੇ ਸਿਰ 'ਤੇ ਹਾਂ ਨਾ ਤਾਂ ਮੇਰਾ ਕਿਸੇ ਗੈਂਗਸਟਰ ਗਰੁੱਪ ਦੇ ਨਾਲ ਕੋਈ ਤਾਲੁਕ ਸੀ ਅਤੇ ਨਾ ਹੀ ਕੋਈ ਤਾਲੁਕ ਹੈ ਕਿਰਤ ਔਲਖ ਨੇ ਕਿਹਾ ਸਿੱਧੂ ਮੂਸੇਵਾਲੇ ਦੀ ਮੌਤ ਤਾਂ ਹੋ ਹੀ ਚੁੱਕੀ ਹੈ ਬਟ ਤੁਸੀਂ ਮੇਰੇ ਬਾਰੇ ਇਹ ਸਭ ਕੁਝ ਛਾਪ ਕੇ ਅਗਰ ਮੈਨੂੰ ਵੀ ਮਰਵਾਉਣਾ ਚਾਹੁੰਦੇ ਹੋ ਤੁਹਾਡੇ ਦਿਲ ਨੂੰ ਤਸੱਲੀ ਹੁੰਦੀ ਹੈ ਤਾਂ ਤੁਸੀਂ ਇਹ ਵੀ ਕਰਕੇ ਦੇਖ ਲਵੋ ਇਹ ਸਭ ਕਹਿੰਦੇ ਵਕਤ ਮਨਕੀਰਤ ਔਲਖ ਕਾਫ਼ੀ ਜ਼ਿਆਦਾ ਗੁੱਸੇ ਵਿੱਚ ਸਨ ਉਹਨਾਂ ਨੇ ਕਲੈਰਿਟੀ ਦਿੱਤੀ ਕਿ ਉਹਨਾਂ ਦਾ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਹੱਥ ਨਹੀਂ ਹੈ ਉਹਨਾਂ ਨੂੰ ਤਾਂ ਖੁਦ ਡੈਥ ਥ੍ਰੈਟਸ ਮਿਲ ਰਹੇ ਨੇ ਆਓ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ ਇਹ ਵੀਡੀਓ ਯਾਰ ਕੌਣ ਮੈਨੇਜਰ ਕੌਣ ਨਾ ਕਰੋ ਯਾਰ ਹੱਥ ਬੰਨ ਕੇ ਰਿਕਵੈਸਟ ਕਰਦਾ ਇਹ ਕੰਮ ਨਾ ਕਰੋ ਕਿਉਂਕਿ ਬੜੀ ਇੱਜ਼ਤ ਕਰਦੇ ਆ ਤੁਹਾਡੀ ਯਾਰ ਮੈਂ ਤਾਂ ਮੇਰੇ ਬਾਰੇ ਤਾਂ ਬਹੁਤ ਕੁਛ ਗੱਲਾਂ ਲਿਖੀਆਂ ਮੈਂ ਤਾਂ ਕਦੇ ਰਿਪਲਾਈ ਵੀ ਨਹੀਂ ਕੀਤਾ ਪਰ ਅੱਜ ਮੇਰੇ ਤੋਂ ਰਿਹਾ ਨਹੀਂ ਗਿਆ ਕਿਸੇ ਦਾ ਪੁੱਤ ਮਰਿਆ ਯਾਰ ਤੁਸੀਂ ਉੱਥੇ ਚੀਜ਼ਾਂ ਇੱਕ ਕੰਪੀਟੀਸ਼ਨ ਦੇਈ ਜਾਂਦੇ ਹੋ ਨਾ ਅਤੇ ਗੈਂਗਸਟਰ ਜਿਹੜੇ ਧੜੇਬਾਜ਼ੀਆਂ ਵੀ ਉਹ ਗੈਂਗਸਟਰ ਜੀ ਉਹਦੇ ਉਹ ਕਰ ਉਹ ਧੜੇਬਾਜ਼ੀ ਦਾ ਕਿਸੇ ਧੜੇਬਾਜ਼ੀ ਦੇ ਨਹੀਂ ਹੈਗੇ ਅਸੀਂ ਮਿਹਨਤ ਕਰਕੇ ਉੱਠੇ ਹਾਂ ਭਰਾਵਾ ਆਪਦੀ ਮਿਹਨਤ ਦੇ ਸਿਰ 'ਤੇ ਹਾਂ ਜੋ ਹਾਂ ਤੁਸੀਂ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ